ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਹਮਣੇ ਬੈਠੇ ਨੇ ਆਨੰਦਪੁਰ ਸਾਹਿਬ ਦੇ ਖੁੱਲੇ ਵਿਹੜੇ ਵਿੱਚ, ਤੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੋਨੋਂ ਜਾਣੇ ਨਾ ਗਤਕਾ ਖੇਡ ਰਹੇ ਨੇ। ਦੋਨੋਂ ਜਣੇ ਜਦੋਂ ਗਤਕਾ ਖੇਡ ਰਹੇ ਨੇ, ਬਾਬਾ ਜੋਰਾਵਰ ਸਿੰਘ ਵੀ ਦੌੜ ਕੇ ਆਏ, ਕਹਿਣ ਲੱਗੇ ਵੀਰ ਜੀ ਤੁਸੀਂ ਦੋਨੋਂ ਖੇਡ ਰਹੇ ਹੋ, ਮੈਨੂੰ ਨਹੀਂ ਖਿਡਾਉਂਦੇ, ਮੈਂ ਵੀ ਖੇਡਣਾ ਹੈ। ਆਪਾਂ ਇੱਦਾਂ ਕਰਦੇ ਹਾਂ, ਵੱਡਾ ਵੀਰ ਇੱਕ ਪਾਸੇ, ਅਸੀਂ ਦੋਨੋਂ ਇੱਕ ਪਾਸੇ, ਆਪਾਂ ਫੌਜ ਬਣਾ ਕੇ ਲੜਦੇ ਹਾਂ। ਤੁਸੀਂ ਇਕੱਲੇ ਕਿਉਂਕਿ ਵੱਡੇ ਹੋ, ਅਸੀਂ ਛੋਟੇ ਹਾਂ, ਅਸੀਂ ਦੋ ਜਣੇ। ਖੇਡ ਸ਼ੁਰੂ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖ ਰਹੇ ਨੇ ਦੂਰ ਬੈਠੇ। ਥੋੜੇ ਮਿੰਟਾਂ ਦੀ ਖੇਡ ਚੱਲੀ, ਉਸ ਤੋਂ ਬਾਅਦ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਆਏ, ਆਪਣੇ ਨੰਨੇ ਦੇ ਛੋਟੇ ਦੇ ਹੱਥਾਂ ਦੇ ਵਿੱਚ ਛੋਟੀ ਜਿਹੀ ਸ੍ਰੀ ਸਾਹਿਬ ਫੜੀ ਹੋਈ ਹੈ, ਆ ਕੇ ਬੜੀ ਤਿੱਖੀ ਤੇ ਉੱਚੀ ਆਵਾਜ਼ ਨਾਲ ਕਹਿਣ ਲੱਗੇ, ਵੀਰਾ ਮੈਂ ਵੀ ਖੇਡਣਾ ਗਤਕਾ, ਮੈਨੂੰ ਖਿਡਾਓ, ਮੈਂ ਵੀ ਖੇਡਣਾ ਚਾਹੁੰਦਾ। ਧਿਆਨ ਦੇਣਾ, ਧੰਨ ਬਾਬਾ ਅਜੀਤ ਸਿੰਘ ਜੀ, ਕਹਿਣ ਲੱਗੇ ਫਤਿਹ ਸਿੰਘਾ ਤੇਰੀ ਉਮਰ ਬੜੀ ਛੋਟੀ ਹੈ, ਤੈਨੂੰ ਪਤਾ ਇਹ ਵੱਡਿਆਂ ਦੀ ਖੇਡ ਹੈ, ਛੋਟਿਆਂ ਦੀ ਨਹੀਂ। ਇਸ ਖੇਡ ਦੇ ਵਿੱਚ ਤੈਨੂੰ ਸੱਟ ਵੀ ਲੱਗ ਸਕਦੀ ਹੈ, ਤੈਨੂੰ ਪੀੜ ਵੀ ਹੋ ਸਕਦੀ ਹੈ, ਤੈਨੂੰ ਦਰਦ ਹੋਏਗੀ, ਤੇਰੇ ਤੋਂ ਜਰੀ ਨਹੀਂ ਜਾਣੀ, ਇਸ ਕਰਕੇ ਤੂੰ ਨਾ ਖੇਡ, ਇਹ ਵੱਡਿਆਂ ਦੀ ਖੇਡ ਹੈ। ਧਿਆਨ ਦੇਣਾ, ਬਾਬਾ ਫਤਿਹ ਸਿੰਘ ਜੀ ਦੌੜ ਕੇ ਅੰਦਰ ਗਏ, ਉੱਚੀ ਸਾਰੀ ਦਸਤਾਰ ਬੰਨ ਕੇ ਆ ਗਏ, ਉੱਚੀ ਦਸਤਾਰ ਬੰਨ ਕੇ ਫੇਰ ਵਾਪਸ ਆ ਗਏ, ਤੇ ਬਾਬਾ ਜੋਰਾਵਰ ਸਿੰਘ ਦੇ ਕੋਲ ਖੜ ਕੇ ਕਹਿਣ ਲੱਗੇ, ਦੇਖ ਵੱਡੇ ਵੀਰਾ ਮੈਂ ਜੋਰਾਵਰ ਸਿੰਘ ਜਿੱਡਾ ਲੱਗਦਾ, ਹੁਣ ਤੇ ਮੈਨੂੰ ਖਿਡਾ ਲਓ। ਬਾਬਾ ਅਜੀਤ ਸਿੰਘ ਜੀ ਨੇੜੇ ਗਏ, ਢਾਲਣ ਦਾ ਯਤਨ ਕੀਤਾ, ਕਹਿਣ ਲੱਗੇ ਫਤਿਹ ਅਜੇ ਤੂੰ ਬਰਾਬਰ ਨਹੀਂ ਹੋਇਆ, ਅਜੇ ਛੋਟਾ ਹੈ, ਇਹ ਖੇਡ ਤੇਰੇ ਖੇਡਣ ਦੀ ਨਹੀਂ। ਧੰਨ ਬਾਬਾ ਫਤਿਹ ਸਿੰਘ ਜੀ ਫੇਰ ਦੌੜ ਕੇ ਅੰਦਰ ਗਏ, ਉਸੇ ਦਸਤਾਰ ਦੇ ਉੱਤੇ ਇੱਕ ਉੱਚੀ ਦਸਤਾਰ ਹੋਰ ਬੰਨ ਲਈ। ਇਹ ਦਮਾਲੇ ਦਾ ਇਤਿਹਾਸ ਆ ਜਿਹੜੇ ਨਿਹੰਗ ਸਿੰਘ ਸਜਾਉਂਦੇ ਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਖਿਮਾ ਕਰ ਦਿਓ ਦਾਸ ਨੂੰ, ਆ ਜਿਹੜੀ ਫਾੜੀਆਂ ਵਾਲੀ ਪੱਗ ਹੈ ਤੇ ਬਾਅਦ ਚ ਚੱਲੀ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਖਰਬੂਜੇ ਦੀਆਂ ਫਾੜੀਆਂ ਜਿਹੀਆਂ ਬਣਾ ਕੇ ਜਿਹੜੇ ਬੰਨਦੇ ਆ ਨਾ, ਸਿੱਧੇ ਦਸਤਾਰੇ ਚੱਲੋ ਪੁਰਾਤਨ ਸਿੰਘ ਸਜਾਉਂਦੇ, ਦਸਮ ਪਾਤਸ਼ਾਹ ਦੇ ਵੇਲੇ ਦਮਾਲਾ ਸਜਾਉਂਦੇ ਅਕਸਰ ਸਿੰਘ। ਇਹ ਫਾੜੀਆਂ ਵਾਲੀ ਦਸਤਾਰ ਚਲੋ ਚੱਲ ਰਹੀ ਹੈ, ਇਹਦੀ ਵਿਆਖਿਆ ਕੋਈ ਕਰੇਗਾ ਵਿਦਵਾਨ, ਪਰ ਸੱਚ ਤੇ ਇਹ ਹੈ ਗੁਰਮੁਖੋ, ਇਹ ਫਾੜੀਆਂ ਦੱਸ ਰਹੀਆਂ ਨੇ ਕਿ ਸਾਡੀ ਕੌਮ ਅੱਜ ਦੁਫਾੜ ਹੋ ਚੁੱਕੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦੇਣਾ, ਅੱਜ ਸਾਡੀ ਕੌਮ ਫਿਰਕਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ। ਜਥੇਬੰਦੀਆਂ ਹੋਣੀਆਂ ਹੋਰ ਗੱਲ ਹੈ, ਹੋਣੀਆਂ ਚਾਹੀਦੀਆਂ ਵੱਧ ਤੋਂ ਵੱਧ,
ਜਥੇ ਹੋਣੇ ਚਾਹੀਦੀ ਹੈ ਕੀਰਤਨ ਕਰਨ ਵਾਲੇ, ਪ੍ਰਚਾਰ ਕਰਨ ਵਾਲੇ। ਪਰ ਅੱਜ ਫਾੜੀਆਂ ਕੁਝ ਖਤਰਨਾਕ ਤਰੀਕੇ ਦੀਆਂ ਸਾਡੇ ਸਾਹਮਣੇ ਆ ਗਈਆਂ। ਉਹ ਦਮਾਲਾ ਜਿਹਦੀ ਬਾਬਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਵੀ ਬਚਨ ਆਇਆ ਹੈ, ਮੈਂ ਗੁਰਮਿਲ ਉੱਚ ਦਮਾਲੜਾ। ਇਹ ਮਰਿਆਦਾ ਤਵਾਰੀਖ ਕਹਿੰਦੀ ਹੈ ਕਿ ਬਾਬਾ ਫਤਿਹ ਸਿੰਘ ਜੀ ਦੇ ਉਸ ਦਿਨ ਦੇ ਦਮਾਲੇ ਨੂੰ ਦੇਖ ਕੇ ਨਿਹੰਗ ਸਿੰਘਾਂ ਨੇ, ਗੁਰੂ ਕੇ ਸਿੰਘਾਂ ਨੇ ਉੱਚੇ ਉੱਚੇ ਦਮਾਲੇ ਸਜਾਉਣੇ ਸ਼ੁਰੂ ਕੀਤੇ। ਬਾਬਾ ਫਤਿਹ ਸਿੰਘ ਜੀ ਉਸੇ ਦਸਤਾਰ ਦੇ ਉੱਤੇ ਹੋਰ ਦਸਤਾਰ ਸਜਾ ਕੇ ਨਾ ਉੱਚੀ ਕਰਕੇ, ਦਸਤਾਰ ਉੱਚਾ ਦਮਾਲਾ ਕਰਕੇ ਫਿਰ ਵੱਡੇ ਵੀਰਾਂ ਦੇ ਕੋਲ ਆ ਗਏ। ਵੀਰ ਜੀ ਹੁਣ ਦੇਖੋ ਹਾਂ ਮੈਨੂੰ ਜੋਰਾਵਰ ਸਿੰਘ ਦੇ ਨੇੜੇ ਖੜਾ ਕੇ, ਮੈਂ ਇਹਦੇ ਜਿੱਡਾ ਹੋ ਗਿਆ ਕਿ ਨਹੀਂ। ਬਾਬਾ ਅਜੀਤ ਸਿੰਘ ਜੀ ਫਿਰ ਆਵਾਜ਼ ਦੇ ਕਹਿੰਦੇ ਨੇ, ਛੋਟਿਆ ਤੂੰ ਅਜੇ ਛੋਟਾ ਹੈ, ਨਾ ਜਿੱਦ ਕਰ, ਇਹ ਖੇਡ ਤੇਰੇ ਖੇਡਣ ਦੀ ਨਹੀਂ, ਤੇਰੇ ਤੋਂ ਪੀੜ ਜਰੀ ਨਹੀਂ ਜਾਣੀ ਜੇ ਸੱਟ ਲੱਗ ਗਈ। ਦੂਰ ਬੈਠੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਲੰਗ ਤੋਂ ਉੱਠ ਕੇ ਨੇੜੇ ਆ ਕੇ ਕਹਿਣ ਲੱਗੇ, ਅਜੀਤ ਸਿੰਘਾ ਇਹਨੂੰ ਛੋਟਾ ਨਾ ਜਾਣ, ਇਹਨੇ ਖੇਡ ਵੱਡਿਆਂ ਵਾਲੀ ਖੇਡ ਕੇ ਦਿਖਾਉਣੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹਨੇ ਖੇਡ ਵੱਡਿਆਂ ਵਾਲੀ ਹੀ ਖੇਡਣੀ ਹੈ ਇੱਕ ਦਿਨ। ਤੇ ਨਾਲ ਅਗਲਾ ਵਚਨ ਆਖਿਆ, ਅਜੀਤ ਸਿੰਘਾ ਇਹਨੇ ਜਿਹੜੀਆਂ ਸੱਟਾਂ ਸਹਿ ਜਾਣੀਆਂ ਦੁਨੀਆਂ ਦਾ ਕੋਈ ਬੰਦਾ ਸਹਿ ਨਹੀਂ ਸਕੇਗਾ। ਤਵਾਰੀਖ ਦੇ ਪੰਨੇ ਪੜ੍ਹੋ, ਜੇ ਪੜ੍ਹਨ ਜੋਗੇ ਨਹੀਂ ਤੇ ਘੱਟੋ ਘੱਟ 2-4 ਘੰਟੇ ਸਮਾਂ ਕੱਢ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਭੋਰਾ ਸਾਹਿਬ ਵਿੱਚ ਅੱਖਾਂ ਬੰਦ ਕਰਕੇ ਬੈਠੋ, ਪੁੱਛੋ ਉਸ ਦੀਵਾਰ ਨੂੰ ਜਿਸ ਦੀਵਾਰ ਦੇ ਵਿੱਚ ਖਲੋਤੇ ਹੋਏ ਫਤਿਹ ਸਿੰਘ ਜੀ ਜਲਾਦ ਨੂੰ ਕਹਿੰਦੇ ਨੇ।